ਕਹਿੰਦੇ ਹਨ ਕਿ ਜਿਸ ਇਨਸਾਨ ਦੇ ਸਿਰ ਤੋਂ ਛੋਟੀ ਉਮਰ ਹੀ ਮਾਂ ਬਾਪ ਦਾ ਸਾਇਆ ਛੁੱਟ ਜਾਵੇ ਉਹ ਜਾਂ ਤਾਂ ਦਾਦਾ ਦੀਆਂ ਠੋਕਰਾਂ ਖਾਂਦਾ ਜਾਂ ਭੀਖ ਮੰਗਣ ਲਈ ਮਜਬੂਰ ਹੋ ਜਾਂਦਾ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਅੰਮ੍ਰਿਤਸਰ ਦੇ ਇੱਕ ਸਿੱਖ ਬੱਚੇ ਦੇ ਵੱਲੋਂ ਆਪਣੀ ਹਿੰਮਤ ਦੇ ਸਦਕਾ ਝੂਠੀਆਂ ਸਾਬਤ ਕਰ ਦਿੱਤੀਆਂ ਨੇ 13 ਸਾਲ ਦਾ ਇੱਕ ਸਿੱਖ ਬੱਚਾ ਜੋ ਕਿ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਬੇਲਪੁਰੀ ਵੇਚ ਕੇ ਆਪਣਾ ਪੇਟ ਪਾਲਣ ਦੇ ਲਈ ਸਾਰਾ ਦਿਨ ਮਿਹਨਤ ਮਸ਼ਕਤ ਕਰਦਾ ਹੈ ਉੱਥੇ ਉਸ ਵੱਲੋਂ ਆਪਣੀ 9ਵੀਂ ਕਲਾਸ ਦੀ ਪੜ੍ਹਾਈ ਵੀ ਕੀਤੀ ਜਾ ਰਹੀ ਹੈ ਅਜਿਹੀ ਬੱਚੇ ਦੀ ਹਿੰਮਤ ਨੂੰ ਹਰ ਦੇਖਣ ਵਾਲਾ ਸਲਾਮ ਕਰਦਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਦੀਪਕ ਸਿੰਘ ਨਾਮ ਦੇ ਇਸ ਬੱਚੇ ਨੇ ਦੱਸਿਆ ਕਿ ਛੋਟੀ ਉਮਰੇ ਭਾਵੇਂ ਉਸਦੇ ਮਾਂ ਬਾਪ ਦੀ ਮੌਤ ਹੋ ਗਈ ਸੀ ਪਰ ਉਸਨੇ ਕਦੇ ਵੀ ਹਿੰਮਤ ਨਹੀਂ ਹਾਰੀ ਨਾ ਘਰ ਨਾ ਮਾਪੇ ਨਾ ਕੋਈ ਸਾਥ ਫਿਰ ਵੀ ਆਪਣੀ ਮਿਹਨਤ ਸਦਕਾ ਸਾਰਾ ਦਿਨ ਬੇਲਪੁਰੀ ਵੇਚ ਜਿੱਥੇ ਆਪਣੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਦਾ ਹੈ ਉੱਥੇ ਹੀ 9ਵੀਂ ਕਲਾਸ ਦੀ ਪੜ੍ਹਾਈ ਵੀ ਕਰਦਾ ਉਸਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਅਤੇ ਬਿਜਲੀ ਦਾ ਬਿੱਲ ਤੇ ਕਿਰਾਏ ਦੇ ਵਿੱਚ ਉਸਦਾ 5000 ਦੇ ਕਰੀਬ ਖਰਚਾ ਵੀ ਆ ਜਾਂਦਾ ਪਰ ਫਿਰ ਵੀ ਉਹ ਰੋਜ਼ਾਨਾ ਹਿੰਮਤਕਾਰ ਕੰਮ ਕਾਰ ਦੇ ਵਿੱਚ ਜੁੱਟ ਜਾਂਦਾ ਅਤੇ ਉਹਨਾਂ ਲੋਕਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੇ ਵਿੱਚ ਦੁੱਖਾਂ ਅੱਗੇ ਹਿੰਮਤ ਹਾਰ ਜਾਂਦੇ ਨੇ ਮੈਂ ਗਲਤ ਰਸਤੇ ਤੁਰ ਪੈਂਦੇ ਆ ਮੈਂ ਇਸ ਕਰਕੇ ਬੇਲਪੁੜੀ ਦੀ ਰੇੜੀ ਲਾਈ ਵੀ ਜੇ ਕੋਈ ਕਿਸੇ ਕੋਲ ਮੇਰੀ ਵੀਡੀਓ ਜਾਊਗੀ ਉਹ ਸਮਝੂਗਾ ਵੀ ਨਹੀਂ ਜੇ ਕਿਸੇ ਦੇ ਮੰਮੀ ਪਾਪਾ ਨਹੀਂ ਹੈਗੇ ਮੈਂ ਵੀ ਮਿਹਨਤ ਕਰਕੇ ਖਾਵਾਂ ਕਦੀ ਕਿਸੇ ਦੇ ਮੰਗਾਂ ਨਾ ਕੁਛ ਹੁਣ ਕਿੱਥੇ ਰਹਿੰਦਾ ਤੂੰ ਹੁਣ ਮੈਂ ਇੱਥੇ ਅੰਮ੍ਰਿਤਸਰ ਰਹਿੰਦਾ ਕਿਰਾਏ ਦੇ ਰਹਿੰਦਾ 3500 ਰੁਪਇਆ ਕਿਰਾਇਆ ਅਤੇ ਬਿਜਲੀ ਦਾ ਬਿੱਲ ਵੱਖਰਾ ਉਹਨਾਂ ਨੂੰ ਦੇਈਦਾ ਰੇੜੀ ਤੇਰੀ ਆਪਣੀ ਰੇੜੀ ਕਿਰਾਏ ਦੇ 400 ਰੁਪਇਆ ਕਿਰਾਇਆ ਕਿਤਨਾ ਕਿੰਨੀ ਕੁ ਦਿਹਾੜੀ ਪੈ ਜਾਂਦੀ ਦਿਹਾੜੀ ਮੇਰੀ ਪੈ ਜਾਂਦੀ 200 ਰੁਪਇਆ ਕਦੀ ਕਦੀ 100 ਜਿੰਨੇ ਆ ਗਾਹਕ ਦੇ ਹਿਸਾਬ ਨਾਲ ਜਦੋਂ ਗਾਹਕ ਜਾ ਦਿਓ ਤਾਂ ਫਿਰ ਹੀ ਜ਼ਿਆਦਾ ਪੈਸੇ ਮਿਲੂਗੇ ਪੂਰਾ ਹੋ ਜਾਂਦਾ 150-200 ਨਾਲ ਚੱਲ ਜਾਂਦਾ ਫਿਰ ਨਹੀਂ ਉਹ ਘੱਟ ਤਾਂ ਨਹੀਂ ਚੱਲਦਾ ਮਹਾਂ ਸਮਾਨ ਜਿਹੜਾ ਲਿਆ ਜਾਂਦਾ ਉਹ ਹੀ ਪੂਰਾ ਹੁੰਦਾ ਪੜ੍ਹਦਾ ਵੀ ਹੈ ਤੂੰ ਹਾਂਜੀ 9th ਕਲਾਸ 'ਚ ਪੜ੍ਹਦਾ ਸਰਕਾਰੀ ਸਕੂਲ ਉੱਥੇ ਵੀ ਫੀਸ ਦੇਣੀ ਪੈਂਦੀ 1000 ਰੁਪਇਆ ਮਹੀਨੇ ਕਿਸ ਤਰ੍ਹਾਂ ਪੈਸੇ ਟਾਈਮ ਕਿਵੇਂ ਦੇ ਲੈਂਦਾ ਪੜ੍ਹਾਈ ਨੂੰ ਦੇ ਇੱਥੇ ਕੰਮ ਮੈਂ ਸਵੇਰ ਸਕੂਲ ਜਾ ਕੇ 3 ਵਜੇ ਆਉਂਦਾ ਉੱਥੋਂ 4-5 ਵਜੇ ਤੱਕ ਰੇੜੀ ਲਾਉਂਦਾ ਫਿਰ 10-11 ਵਜੇ ਜਾਂਦਾ ਘਰੇ ਅਤੇ ਰੇੜੀ ਲਾਉਣ ਦਾ ਖਿਆਲ ਕਿਸ ਤਰ੍ਹਾਂ ਆਇਆ ਮਨ ਦੇ ਵਿੱਚ ਰੇੜੀ ਲਾਉਣ ਦਾ ਖਿਆਲ ਮਨ 'ਚ ਆਇਆ ਮੈਂ ਇੱਕ ਦਿਨ ਸਕੂਲ ਆਉਣ ਦਿਆ ਉੱਥੇ ਮੈਂ ਵੇਖਿਆ ਇੱਕ ਰੇੜੀ ਲਾਈ ਅੰਕਲ ਨੇ ਤਾਂ ਕਰਕੇ ਮੈਂ ਫਿਰ ਘਰ ਆਣ ਕੇ ਸੋਚਿਆ ਵੀ ਮੈਂ ਵੀ ਲਾ ਸਕਦਾ ਮੈਂ ਫਿਰ ਲਾਈ ਫਿਰ ਕੀ ਸੁਨੇਹਾ ਦੇਣਾ ਚਾਹੇ ਜਾਂ ਉਹਨਾਂ ਨੂੰ ਜਿਹੜੇ ਗਲਤ ਰਸਤਿਆਂ 'ਤੇ ਚੱਲ ਪੈਂਦੇ ਨੇ ਜਾਂ ਚੋਰੀਆਂ ਕਰਦੇ ਜਾਂ ਲੁੱਟਾਂ ਕਰਦੇ ਕੀ ਕਹਿਣਾ ਚਾਹੁੰਦਾ ਕਹਿਣਾ ਚਾਹੁੰਦਾ ਵੀ ਇਸ ਤਰ੍ਹਾਂ ਕਿਸੇ ਦੀ ਲੋਟ ਕਿਸੇ ਕੋਲ ਲੁੱਟਣਾ ਨਹੀਂ ਚਾਹੀਦਾ ਕੁਛ ਆਪਣੀ ਮਿਹਨਤ ਕਰਕੇ ਖਾਓ ਸਾਰੇ ਫਿਰ ਵਧੀਆ ਹੋਊਗਾ ਸਾਰਾ ਕੁਛ ਕੋਈ ਅਪੀਲ ਕਰਨੀ ਚਾਹੁੰਦਾ ਦਾਨੀ ਸੱਜਣਾ ਨੂੰ ਜਾਂ ਸਮਾਜ ਸੇਵੀ ਵੀਰਾਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਮੈਂ ਸਿੰਗਰ ਬਣਨਾ ਚਾਹੁੰਦਾ ਬਸ ਅਤੇ ਇੱਕ ਆਪਣਾ ਮੇਰੀ ਲਾਈਫ ਥੋੜ੍ਹੀ ਠੀਕ ਹੋ ਜਾਊਗੀ ਜੇ ਮੈਂ ਸਿੰਗਰ ਬਣ ਜਾਂਦਾ ਅਤੇ ਮੇਰਾ ਘਰ ਵੀ ਕਿਰਾਏ ਦੇ ਮੈਂ ਕਿਰਾਏ ਦੇ ਠੀਕ ਹੈ ਆਪਣਾ ਮੋਬਾਈਲ ਨੰਬਰ ਵੀ ਬੋਲ ਦਿਓ ਜੀ ਮੇਰਾ ਮੋਬਾਈਲ ਨੰਬਰ ਹੈਗਾ 98 43 11 386 ਦੁਬਾਰਾ ਬੋਲੋ 98 43 11 386